ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਅੱਜ ਆਪਾਂ ਪਹੁੰਚੇ ਹਾਂ ਪਿੰਡ ਧਮੋਤ, ਜਿੱਥੋਂ ਦੇ ਉਸਤਾਦ ਫੌਜੀ ਧਮੋਟ ਇਸੇ ਪਿੰਡ ਦੇ ਹੋਏ ਨੇ ਜੀ, ਵੱਡੀ ਧਮੋਟ ਦੇ ਹੋਏ ਨੇ। ਅਸੀਂ ਛੋਟੀ ਧਮੋਟ ਦੇ ਵਿੱਚ ਹਾਂ। ਉਸਤਾਦ ਬਾਬਾ ਬਿੱਟੂ ਜੀ ਉਹਨਾਂ ਦੇ ਛੱਤ ਦੇ ਉੱਤੇ ਹਾਂ ਜੀ, ਅਤੇ ਤੁਹਾਨੂੰ ਦੱਸ ਦਈਏ ਕਿ ਉਸਤਾਦ ਜੀ ਹੋਣਾਂ ਕੋਲ ਵਧੀਆ ਨਸਲ ਦੇ ਕਬੂਤਰ ਨੇ, ਜੋ ਉਸਤਾਦ ਫੌਜੀ ਧਮੋਟ ਵਾਲੇ 20 ਕਬੂਤਰ ਹੈਗੇ ਨੇ, ਅਤੇ ਬਹੁਤ ਵਧੀਆ ਉਸਤਾਦ ਹੋਣੀ ਬਾਜ਼ੀਆਂ ਵੀ ਉਡਾਉਂਦੇ ਨੇ ਅਤੇ ਜਿੱਤਦੇ ਵੀ ਨੇ। ਅਤੇ ਆਪਾਂ ਤੁਹਾਨੂੰ ਦੱਸ ਦਈਏ ਇੱਥੇ ਲਗਾਉਣ ਵਾਸਤੇ ਆਏ ਸੀ ਆਪਾਂ ਹੂਟਰ ਸਿਸਟਮ, ਹੂਟਰ ਸਿਸਟਮ ਲਗਾ ਦਿੱਤਾ। ਉਸਤਾਦ ਜੀ ਹੁਣੀ ਵੀਡੀਓ ਬਣਾਉਣ ਤੋਂ ਵੀ ਮਨ੍ਹਾ ਕਰ ਰਹੇ ਸੀ, ਪਰ ਮੈਂ ਕਿਹਾ ਜੀ ਅਸੀਂ ਕਬੂਤਰਾਂ ਦਾ ਸ਼ੌਂਕ ਕਰਾ ਦਿੰਦੇ ਹਾਂ, ਗੱਲਬਾਤ ਜਿਹੜੀ ਹੈਗੀ ਹੈ ਜੀ ਪਾਰਟ 2 ਦੇ ਵਿੱਚ ਕਰਾਂਗੇ। ਅੱਜ ਥੋੜ੍ਹੇ ਉਸਤਾਦ ਜੀ ਹੁਣੀ ਬਿਜ਼ੀ ਨੇ, ਟਾਈਮ ਨਹੀਂ ਸੀ, ਅਤੇ ਬਾਈ ਹੁਣੀ ਨਾਲ ਖੜ੍ਹੇ ਨੇ ਜਿਹੜੇ ਟੀ ਸ਼ਰਟ ਰੈੱਡ ਦੇ ਵਿੱਚ, ਇਹ ਬਾਈ ਹੁਣਾਂ ਦੇ ਨਾਲ ਹੀ ਇੱਥੇ ਕਬੂਤਰ ਸਾਂਭਦੇ ਨੇ। ਵੀਰ ਦਾ ਨਾਮ ਜੱਗੀ ਆ ਅਤੇ ਪਿੰਡੋਂ ਹੀ ਨੇ, ਅਤੇ ਸ਼ੌਂਕ ਕਰਾਉਂਦੇ ਜੀ ਤੁਹਾਨੂੰ ਆਪਾਂ ਕਬੂਤਰਾਂ ਦਾ। ਐ ਲਓ ਜੀ ਅੱਜ ਤੁਹਾਨੂੰ ਬਾਬਾ ਬਿੱਟੂ ਜੀ ਧਮੋਟ ਵਾਲਿਆਂ ਦੇ ਜਿਹੜੇ ਕਬੂਤਰ ਆ ਉਹਨਾਂ ਦਾ ਸ਼ੌਂਕ ਕਰਾਉਣ ਜਾ ਰਹੇ ਹਾਂ ਜੀ। ਇਹ ਵੱਡੇ ਕਬੂਤਰ ਨੇ ਸਾਰੇ ਜੀ? ਹਾਂ ਵੀਰੇ, ਵੱਡੇ ਕਬੂਤਰਾਂ ਵਿੱਚ ਕਬੂਤਰ। ਇਹਦੇ ਵਿੱਚੋਂ ਕੋਈ ਬਾਜੀ ਉੱਡਿਆ ਹੋਇਆ? ਇਹ ਵੱਡੇ ਹੀ ਨੇ ਜਿਹੜੇ ਰੱਖੇ ਹੋਏ। ਠੀਕ ਆ, ਵੱਡੇ ਹੀ ਨੇ ਸਾਰੇ ਜੋੜੇ ਹੀ ਨੇ। ਜ਼ਿਆਦਾ ਸ਼ਾਹ ਹੀ ਬਰੀਡ ਆਪਣੇ ਕੋਲ ਨੇ। ਇਹ ਦੇਖੋ ਜੀ ਜ਼ਿਆਦਾ ਜਿਹੜੇ ਕਬੂਤਰ ਹੈਗੇ ਨੇ ਬਾਈ ਜੀ ਸ਼ਾਹ ਅੱਖੀ ਨੇ। ਆਪਾਂ ਸਿਰਫ ਤੁਹਾਨੂੰ ਸ਼ੌਂਕ ਕਰਾ ਰਹੇ ਹਾਂ ਜੀ, ਇਹ ਸਿਰਫ ਸ਼ੌਂਕ ਦੇ ਵਾਸਤੇ ਆ, ਸੇਲ ਨਹੀਂ ਹੈਗੇ। ਜੋ ਆਪਣੇ ਬਾਈ ਦੇਖ ਰਹੇ ਹਾਂ ਨਾ ਯੂਪੀ ਹਰਿਆਣੇ ਵਾਲੇ, ਉਨਕੋ ਵੀ ਬਤਾ ਦੇ ਬਾਈ, ਵਾਰ ਵਾਰ ਫੋਨ ਕਰਦੇ ਹਾਂ ਬਾਈ ਜੀ ਆਪਕੇ ਸ਼ੌਂਕ ਕੇ ਲਈ ਆ, ਓਨਲੀ ਫੋਰ ਸ਼ੌਂਕ, ਨੋਟ ਫੋਰ ਸ਼ੇਅਰ, ਨੋਟ ਫੋਰ ਸੇਲ, ਜੇ ਸੇਲ ਨਹੀਂ ਹੈ ਠੀਕ ਹੈ ਜੀ। ਤੋ ਆਪਕੋ ਸਾਥ ਮੇ ਸਾਥ ਜੋ ਵੀ ਇਨਫੋਰਮੇਸ਼ਨ ਹੋਤੀ ਹੈ ਆਪਕੇ ਸਾਥ ਸ਼ੇਅਰ ਕਰਦੇ ਰਹਿਤੇ ਹੈ ਠੀਕ ਹੈ ਜੀ। ਅਤੇ ਇਹ ਜਿਹੜੇ ਕਬੂਤਰ ਆ ਬਾਈ ਜੀ, ਫਿਰ ਦੱਸ ਦਈਏ ਬਾਬਾ ਬਿੱਟੂ ਧਮੋਟ ਕਲਾਂ ਵਾਲੇ, ਧਮੋਟ ਖੁਰਦ ਵਾਲਿਆਂ ਦੇ ਕਬੂਤਰ ਨੇ। ਇਹ ਕਬੂਤਰੀ ਦੇਖੋ ਇੱਕ ਸ਼ਾਹ ਅੱਖੀ ਪਹਿਲੇ ਨੰਬਰ 'ਤੇ ਬੈਠੀ ਹੋਈ, ਇਹਦਾ ਵਜੂਦ ਦੇਖੋ ਕਬੂਤਰੀ ਦਾ, ਅਤੇ ਧੌਣ 'ਤੇ ਦੇਖੋ ਕੁੰਡੀ ਵੀ ਥੋੜ੍ਹੀ ਬਣਦੀ ਆ। ਬਹੁਤ ਬਹੁਤ ਵਧੀਆ ਨਸਲ ਦੇ ਕਬੂਤਰ ਨੇ। ਜਿੱਥੇ ਵੀ ਜਾਈਦਾ ਜੀ ਉੱਥੇ ਤੁਹਾਨੂੰ ਸ਼ੌਂਕ ਕਰਾਉਂਦੇ ਰਹਿੰਦੇ ਹਾਂ। ਆਪਾਂ ਇੱਥੇ ਹੂਟਰ ਸਿਸਟਮ ਲਗਾਉਣ ਦੇ ਲਈ ਆਏ ਸੀ, ਹੂਟਰ ਸਿਸਟਮ ਜਿਹੜਾ ਲਗਾ ਦਿੱਤਾ ਕਿਉਂਕਿ ਸਿਆਲ ਆ ਰਹੇ ਨੇ, ਅਤੇ ਜਿਹੜਾ ਚੋਰੀ ਦਾ ਖਤਰਾ ਜਿਹੜਾ ਬਾਈ ਜੀ ਉਹ ਵੱਧਦਾ ਜਾ ਰਿਹਾ ਹੈਗਾ ਆ। ਅਤੇ ਆਪਣੀ ਕੋਸ਼ਿਸ਼ ਹੁੰਦੀ ਆ ਵੀ ਜਿੱਥੇ ਵੀ ਜਾਈਏ ਤੁਹਾਨੂੰ ਸ਼ੌਂਕ ਜ਼ਰੂਰ ਕਰਾਈਏ। ਇਹ ਦੇਖੋ ਜੀ ਬੱਚੇ ਵੀ ਕੱਢੇ ਹੋਏ ਨੇ ਕੁਝ, ਇੱਕ ਛੋਟਾ ਜਿਹਾ ਬੱਚਾ ਬੈਠਾ ਹੋਇਆ ਜੀ। ਇਹ ਦੇਖੋ ਜੀ ਸਾਰੇ ਜਿਹੜੇ ਸ਼ਾਹ ਅੱਖੀ ਨੇ, ਜ਼ਿਆਦਾ ਕੋਈ ਚਿੱਟੀਆਂ ਖੱਟੀਆਂ ਦਾ ਕੋਈ ਕੋਈ ਆ, ਜ਼ਿਆਦਾਤਰ ਸ਼ਾਹ ਅੱਖੇ ਨੇ ਜੀ। ਆਪਣਾ ਜ਼ਿਲ੍ਹਾ ਲੁਧਿਆਣਾ ਹੀ ਪੈਂਦਾ ਜੀ। ਇਹ ਧਮੋਟ ਪੈਲ ਦੇ ਲਾਗੇ ਪੈ ਜਾਂਦਾ ਹੈ ਨਾ ਜੀ, ਪੈਲ ਤਹਿਸੀਲ ਪੈਲ ਪੈਂਦੀ ਹੈ ਜੀ। ਇਹ ਵੀਰੇ ਇੱਕ ਵਿੱਚ ਡੱਬਾ ਜਿਹਾ ਬੱਚਾ, ਇਹ ਕਿਹੜਿਆਂ ਚੋਂ? ਠੀਕ ਆ ਠੀਕ ਆ ਜੀ, ਮੇਰੇ ਵਾਲੇ ਕਬੂਤਰਾਂ ਚੋਂ। ਬਹੁਤ ਵਧੀਆ ਜੀ। ਇਹ ਬਾਈ ਜੀ ਇੱਕ ਖੁੱਡਾ ਹੈ ਅਤੇ ਦੂਸਰੇ ਖੁੱਡੇ ਦਾ ਵੀ ਤੁਹਾਨੂੰ ਸ਼ੌਂਕ ਕਰਾਉਂਦੇ ਹਾਂ ਜੀ। ਇੰਨੇ ਵੀ ਬੱਚੇ ਜਿਹੜੇ ਕੱਢੇ ਹੋਏ ਨੇ ਜੀ, ਇਹਦੇ ਵਿੱਚ ਨਵੇਂ ਬੱਚੇ ਨੇ ਜੀ ਬੱਚੇ। ਆ ਲਓ ਬਾਈ ਜੀ ਕਰੋ ਸ਼ੌਂਕ, ਇਹਦੇ ਵਿੱਚ ਨੇ ਨਵੇਂ ਬੱਚੇ। ਦੇਖੋ ਕਿੰਨੇ ਐਕਟਿਵ ਨੇ, ਵਧੀਆ ਨੇ, ਸਾਂਭ ਸੰਭਾਲ ਬਹੁਤ ਆ। ਤੇ ਇਹ ਦੇਖੋ ਜੀ ਇਹ ਛੱਤਰੀ ਤੇ ਲੱਗੇ ਤੇਰੇ ਸਾਰੇ ਢਾਂਗੀ ਤੇ, ਇਹ ਜੀ ਢਾਂਗੀ ਤੇ ਲੱਗ ਚੁੱਕੇ ਨੇ ਬੱਚੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ। ਵੀਰੇ ਜਿਹੜਾ ਫਿੰਸੀਆਂ ਹੋਈਆਂ, ਫਿੰਸੀਆਂ ਹੋਣ ਦਾ ਕੀ ਕਾਰਨ ਹੈ? ਚੁੰਝ ਦੇਖੋ ਇੱਕ ਦੇ ਹੋਈ ਹੋਈ ਆ, ਮਤਲਬ ਸਮਝੋ ਬਾਹਰ ਆਏ ਹੈ। ਬਿਲਕੁਲ ਬਿਲਕੁਲ ਜੀ, ਮੱਛਰ ਵਾਲੀਆਂ ਜਾਲੀਆਂ ਵੀ ਲੱਗੀਆਂ ਹੋਈਆਂ ਨੇ ਜੀ। ਪਿੰਡ ਧਮੋਟ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ, ਬਾਬਾ ਬਿੱਟੂ ਜੀ ਧਮੋਟ ਵਾਲੇ ਉਹਨਾਂ ਦੇ ਕਬੂਤਰ ਨੇ ਜੀ, ਜੋ ਤੁਸੀਂ ਸ਼ੌਂਕ ਕਰ ਲਿਓ ਜੀ। ਐ ਜੀ ਦੂਸਰਾ ਖੁੱਡਾ ਜਿਹਦੇ ਵਿੱਚ ਬੱਚੇ ਸੀ ਜੀ, ਅਤੇ ਦੇਖੋ ਖੁੱਡਿਆਂ ਦੀਆਂ ਲੈਣਾਂ ਲਾਈਆਂ ਹੋਈਆਂ, ਸ਼ੌਂਕ ਹੀ ਇੰਨਾ ਜ਼ਿਆਦਾ ਹੈਗਾ ਆ।
ਮਾੜੇ ਮੋਟੇ ਘਰ ਤੋਂ ਜ਼ਿਆਦਾ ਖਰਚਾ ਇਹਨਾਂ ਖੁੱਡਿਆਂ 'ਤੇ ਕੀਤਾ ਹੋਇਆ ਜੀ। ਲਓ ਬਾਈ ਜੀ ਇਹ ਤੀਜਾ ਖੁੱਡਾ ਅਤੇ ਇਹਦਾ ਕਰੋ ਸ਼ੌਂਕ, ਇਹ ਹੈ ਛੋਟੇ ਛੋਟੇ ਬੱਚੇ, ਬਹੁਤ ਹੀ ਵਧੀਆ। ਇਹ ਵੀ ਵੱਡੀ ਜੋੜੀ ਨੇ ਬਾਈ ਜੀ ਇਹਦੇ ਜੀ। ਲਓ ਬਾਈ ਜੀ ਇਹਦੇ ਵਿੱਚ ਵੀ ਜਿਹੜੇ ਹੈਗੇ ਵੱਡੇ ਹੀ ਕਬੂਤਰ ਨਹੀਂ ਜਾਂਦੇ ਨੇ। ਬਾਈ ਇਹ ਉਹ ਕਬੂਤਰ ਨੇ ਫੌਜੀ ਧਮੋਟ ਵਾਲੇ ਜਿਹੜੇ ਕਹਿੰਦੇ ਕਿ ਬੀਹੀ ਪਾਰ ਨਹੀਂ ਕਰਦੇ। ਸ਼ਾਹ ਅੱਖੀ ਬਰੀਡ ਜਿਹੜੀ ਹੈਗੀ ਆ 99% ਜਿਹੜੇ ਰੁਕਦੇ ਨੇ, 1% ਚਾਂਸ ਮੰਨਿਆ ਜਾਂਦਾ ਕਿ ਭੱਜਦੇ ਨੇ ਕਬੂਤਰ। ਆਪਾਂ ਬਾਈ ਦੇ ਨਾਲ ਗੱਲਬਾਤ ਕਰਾਂਗੇ, ਨੌਲੇਜ ਦੀਆਂ ਗੱਲਾਂ ਕਰਾਂਗੇ ਅਤੇ ਪੁਰਾਣੇ ਫੌਜੀ ਸਾਹਿਬ ਦੇ ਨਾਲ ਕਿਹੋ ਜਿਹੇ ਰਿਲੇਸ਼ਨ ਰਹੇ ਨੇ ਅਤੇ ਕਿਵੇਂ ਇਹਨਾਂ ਕੋਲ ਕਬੂਤਰ ਆਏ ਨੇ, ਇਹ ਵੀ ਤੁਹਾਨੂੰ ਜਿਹੜਾ ਸਾਰਾ ਕੁਝ ਆਪਾਂ ਦੱਸਾਂਗੇ। ਉਹ ਦੂਸਰੀ ਵੀਡੀਓ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਆਪਾਂ ਸ਼ੌਂਕ ਕਰਾਵਾਂਗੇ ਜੀ। ਇਹ ਹਰੇ ਛੱਲੇ ਵਾਲਾ ਸ਼ਾਹ ਖਾ ਨਦੀਨ ਹੈ ਕਿ ਨਾਰਾ ਨਾਰਾ, ਇਹ ਡਾਏ ਹੋਏ ਨੇ ਕਿ ਨਹੀਂ? ਇਹ ਸਾਰੇ ਰੱਖੇ ਹੀ ਹੋਏ ਨੇ ਵੱਡੇ ਬਰੀਡਰ ਨੇ। ਬਹੁਤ ਸੋਹਣੇ ਸੋਹਣੇ ਪਰਿੰਦੇ ਨੇ ਬਾਈ ਜੀ। ਇਹ ਵਿੱਚ ਇੱਕ ਵੀਰੇ ਮਖਿਆਲਾ ਮਖਿਆਲੀ ਕਬੂਤਰੀ ਆ, ਕਬੂਤਰ ਆ ਪਿੱਛੇ ਮਦੀਨ, ਇਹ ਕਿਹੜੇ ਕਬੂਤਰਾਂ ਦੀ ਆ? ਅੱਛਾ ਵਿੱਚ ਇੱਦਾਂ ਦਾ ਕੋਈ ਕੱਢਿਆ ਹੋਇਆ ਕਿਸੇ ਲਾਲਚੀ ਨੇ ਜੋੜੇ ਦਾ ਹੋਊਗਾ, ਹੈ ਨਾ? ਇਹ ਦੇਖੋ ਜੀ ਕਿੰਨਾ ਵਧੀਆ ਕਲਰ ਆ, ਮਖਿਆਲੀ ਕਬੂਤਰੀ ਹੈ, ਇਸ ਟਾਈਮ ਝਾੜੇ ਦੇ ਵਿੱਚ ਹੈ ਜੀ, ਬਹੁਤ ਵਧੀਆ ਜੀ। ਇਹ ਬਾਈ ਜੀ ਹੈਗਾ ਬਾਈ ਹੁਣਾਂ ਦਾ ਤੀਸਰਾ ਖੁੱਡਾ ਜਿਹੜੇ ਤੁਸੀਂ ਕਬੂਤਰ ਦੇਖ ਰਹੇ ਹੋ। ਪਿੰਜਰਿਆਂ ਦੇ ਵਿੱਚ ਵੀ ਜਿਹੜੇ ਹੈਗੇ ਨੇ ਕੁਝ ਬੱਚੇ ਪਾਏ ਹੋਏ ਨੇ, ਛਤਰੀਆਂ ਤੇ ਵੀ ਬਹਾਏ ਹੋਏ ਨੇ ਜੀ। ਇਹਦੇ ਆਪਣੇ ਕਿੰਨੇ ਸੋਰ ਆਏ ਹੋਗੇ? ਹਾਂਜੀ ਕਹੂਗੇ ਆਪਣੇ ਕਿੱਥੇ ਲੱਗ ਗਏ? ਇੱਕ ਮਿੰਟ। ਆ ਲਓ ਜੀ ਚੌਥਾ ਖੁੱਡਾ ਇਹ ਆ ਗਿਆ ਬਾਈ ਹੁਣਾਂ ਦਾ, ਇਹਦੇ ਵਿੱਚ 3 ਹੀ ਜੋੜੇ ਛੱਡੇ ਹੋਏ ਨੇ। ਵਾਹ ਜੀ ਵਾਹ। ਲਓ ਜੀ ਕਰੋ ਸ਼ੌਂਕ। ਇਹ ਬਾਈ ਜੀ ਜੋੜੇ ਜਿਹੜੇ ਹੈਗੇ ਕਿੰਨੀ ਦੇਰ ਤੱਕ ਲੱਗੇ ਰਹਿੰਦੇ ਆ ਤੁਹਾਡੇ? ਇਹ ਵੀ ਕਢਾ ਕੇ ਰੱਖਣੇ ਹੋਣੇ। ਅੱਛਾ ਇਹ ਰੋਕਣ ਵਾਸਤੇ ਜਿਹੜੇ ਜੋੜੇ ਲਾਏ ਹੋਏ ਨੇ, ਬਾਕੀ ਜਿਹੜੇ ਡਾਉਣੇ ਆ ਉਹ ਲਗਭਗ ਅਸੀਂ ਕਢਾ ਲਿਆ, ਹੈ ਨਾ? ਇਹ ਲਓ ਜੀ ਸਰਦੀਆਂ 'ਚ ਤਾਂ ਨਹੀਂ ਲਾਉਂਦੇ ਹੋਵੋਗੇ ਤੁਸੀਂ ਜੋੜੇ? ਨਹੀਂ ਨਹੀਂ। ਠੀਕ ਆ ਠੀਕ ਆ ਬਾਈ ਜੀ। ਇਹ ਲਓ ਜੀ ਇਹ ਹੈਗਾ ਸਾਰਿਆਂ ਨੂੰ ਵੱਡਾ ਖੁੱਡਾ ਮੇਰੇ ਹਿਸਾਬ ਦੇ ਨਾਲ। ਇਹਦੇ ਵਿੱਚ ਕਿਹੜੇ ਪੱਠੇ ਪੱਠੀਆਂ ਜੀ? ਇਹਦੇ ਵਿੱਚ ਵਧੇ ਨੇ ਵੱਡੇ ਜਿਹੜੇ ਵੱਧ ਗਏ ਸੀ। ਕਿਵੇਂ ਫਿਰ ਜੋੜੇ ਤੋੜੇ ਨੇ? ਅੱਛਾ ਅੱਛਾ ਜੋੜੇ ਤੋੜੇ ਹੋਏ ਆ, ਇਹ ਕੁਝ ਜੋੜੇ ਜਿਹੜੇ ਹੈਗੇ ਤੋੜ ਦਿੱਤੇ, ਜਿਹੜੇ ਉਹ ਕਬੂਤਰ ਨੇ ਜੀ। ਕੋਸ਼ਿਸ਼ ਆ ਤੁਹਾਨੂੰ ਬਾਈ ਜੀ ਸ਼ੌਂਕ ਕਰਾਉਣਾ ਸਾਡਾ। ਫਿਰ ਦੱਸ ਦਈਏ ਜੀ ਧਮੋਟ ਪਿੰਡ ਦੇ ਵਿੱਚ ਉਸਤਾਦ ਬਾਬਾ ਬਿੱਟੂ ਜੀ ਉਹਨਾਂ ਦੇ ਕਬੂਤਰ ਨਹੀਂ ਜੀ ਇਹ, ਜਿਹਨਾਂ ਦਾ ਤੁਸੀਂ ਸ਼ੌਂਕ ਕਰਦੇ ਹੋ ਜੀ। ਬਾਈ ਮਿਹਨਤਾਂ ਦੇ ਨਾਲ ਜਿਹੜੀਆਂ ਹੈਗੀਆਂ ਨਸਲਾਂ ਜਿਹੜੀਆਂ ਬਣਦੀਆਂ, ਬਹੁਤ ਪੁਰਾਣੇ ਉਸਤਾਦ ਜੀ ਉਹਨਾਂ ਦੇ ਕਬੂਤਰ ਰੱਖੇ ਹੋਏ ਨੇ। ਇੱਕ ਕਬੂਤਰੀ ਉਸਤਾਦ ਜੀ ਉਹਨਾਂ ਨੇ ਦਿਖਾਈ ਆ ਖੱਟੀਆਂ ਅੱਖਾਂ ਦੀ, ਜਿਹੜੀ ਕਿ 25 ਸਾਲ ਉਮਰ ਜਿਹਦੀ ਹੋ ਚੁੱਕੀ ਆ, ਠੀਕ ਹੈ ਜੀ? ਉਹ 20 ਕਬੂਤਰੀ ਦਿਖਾ, ਹਾਂਜੀ 20 ਸਾਲ ਦਾ ਆਹ ਕਬੂਤਰ ਹੋ ਚੁੱਕਾ, ਆਹ ਜਿਹਦੇ ਮੋਢੇ 'ਤੇ ਜਿਹੜਾ ਪਿੱਠ 'ਤੇ ਰੰਗ ਆ। ਹੈਲੋ ਜੀ ਇਸ ਕਬੂਤਰ ਦੀ ਉਮਰ ਵੀ ਜਿਹੜੀ ਹੈਗੀ ਆ 20 ਸਾਲ ਹੋ ਚੁੱਕੀ ਆ ਜੀ।
ਬਹੁਤ ਪੁਰਾਣੀਆਂ ਨਸਲਾਂ ਜਿਹੜੀਆਂ ਹੈਗੀਆਂ ਨੇ ਬਾਈ ਹੁਣਾਂ ਦੇ ਕੋਲ ਹੈਗੀਆਂ ਨੇ ਜੋ ਤੁਸੀਂ ਦੇਖ ਰਹੇ ਹੋ। ਦੇਖੋ ਜੀ ਬਹੁਤ ਹੀ ਸੋਹਣੇ ਪਰਿੰਦੇ ਦੋਨੇ। भाई बाकी अपने जो अदर स्टेट वाले भाई हैं उनसे निवेदन है कि हमारा चैनल विराट पिजन क्लब इसे सब्सक्राइब जरूर करें जी। आपके लिए नए से नया शौक लेके आते रहेंगे, आपको नॉलेज की जो बातें हैं वो भी बताएंगे। जहां कहीं भी जाते हैं आपको शौक कराते हैं। ऑल ओवर पंजाब के जो हमारे कबूतरबाज भाई हैं सभी के कबूतरों को लगभग हम दिखाने की कोशिश करते हैं। और हमारे जो NRI भाई हैं दूसरी कंट्री में हैं वो उनको भी जो शौक हो जाता है, क्योंकि ये फर्स्ट टाइम है जो हम उस्ताद बाबा बिट्टू जी की जो है ना इंटरव्यू आपको दिखाने जा रहे हैं, उनसे बात करने का मौका मिलेगा जो पहले कभी नहीं हुआ जी। ये भाई जी पंजवा खुड्डा सी जी, ते छेवा खुड्डा भी तुहानू दिखाने हैं जी। ये है जी एक छेवा खुड्डा, ये जेडे है जोड़े लाए हुए ने। अच्छा तोड़ के छड़े ने, ये बच्चा भी कड़े हुआ है ना एक थले भी कड़े हुए ने। अच्छा वो रहन दते ने सारे तोड़े ने कबूतर ने। ये ज्यादा नारा है, एक दो ही कबूतरिया ने जी। देखो जी किदां दे लगदे परिंदे, ये देखो चिट्टियां अखां दा हीरा ही आ परिंदा काला, सोहणे परिंदे ने, दिल खुश परिंदे ने। और उड़ार भी इहनां दी जिहड़ी फुल है जी, ये देखो जी परिंदा की कहिंदा आ, दस्सिओ जरूर जी कहे जे लगदे ने परिंदे। पार्ट टू दे विच जिहड़ी हैगी आपां गल्लबात जिहड़ी तुहानूं दिखावांगे जी, इहदे विच तुहानूं आपां कबूतर दिखा रहे हां किहड़े किहड़े उस्ताद जी हुणां दे कोल कबूतर ने जी। कुछ नीचे भी बैठे ने जी, इन्हां दा भी करो शौक। ये काली चिट्टी दा एक जी नारा है भी, ये देखो ये भाई चिट्टियां अखां भी काली चिट्टी भी कढ़ दिंदे ने अपने विच। हां बिल्कुल कढ़ दिंदे ने, टोंके जिद्दां कह दिंदे ने टंकी वाले फौजी वाले। नहीं ओ टक नु दा फिर बैम को दा कालियां कढ़ दिंदे ने, बैड़ा बैड़े विच बैड़े कढ़ दिंदे ने हैना। डके तो नहीं कड़ते? डके नहीं कड़ते भाई जी, फिर देख लियो फौजी वाले कबूतर पैर डके नहीं होंगे। एक जोड़ा च दो लगे हुए ने जोड़े, टोटल दोनों ने एक एक बच्चा पाल रहे ने, बाकी जोड़े जेडे है तोड़ दते गए ने जी। ऐ देखो जी
ਬਹੁਤ ਹੀ ਵਧੀਆ ਸ਼ੌਂਕ ਤੇ ਸੈਟਅਪ ਵੀ ਬਹੁਤ ਵਧੀਆ ਆ ਬਾਈ ਜੀ ਹੁਣਾਂ ਦਾ। ਬਾਕੀ ਤੁਹਾਨੂੰ ਦੱਸ ਦਈਏ ਜੀ, ਇਹ ਦੇਖੋ ਬਾਹਰ ਛਤਰੀਆਂ ਲੱਗੀਆਂ ਹੋਈਆਂ ਨੇ ਤੇ ਛਤਰੀਆਂ ਦੇ ਉੱਪਰ ਵੀ ਕਬੂਤਰ ਬੈਠੇ ਨੇ। ਤੋਤੀਆ ਪੈਰਟ ਕਲਰ ਦੀਆਂ ਜਿਹੜੀਆਂ ਛਤਰੀਆਂ ਲਾਈਆਂ ਹੋਈਆਂ ਬਾਈ ਹੁਣਾਂ ਦੀਆਂ, ਤੇ ਕੁਝ ਪਿੰਜਰਿਆਂ ਦੇ ਵਿੱਚ ਵੀ ਕਬੂਤਰ ਪਾਏ ਹੋਏ ਨੇ। ਇਹ ਦੇਖੋ ਜੀ, ਕੋਸ਼ਿਸ਼ ਰਹੇਗੀ ਕਿ ਜਿੱਥੇ ਵੀ ਜਾਈਏ ਤੁਹਾਨੂੰ ਸ਼ੌਂਕ ਕਰਾਈਏ। ਬਾਈ ਜੀ ਇੱਕ ਬੇਨਤੀ ਆ, ਫਿਰ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਨਾ ਕੀਤਾ ਉਹ ਜ਼ਰੂਰ ਕਰਿਓ। ਆਪਾਂ ਤੁਹਾਨੂੰ ਖਿਡਾਰ ਵੀ ਪੂਰੀ ਜਿਹੜੀ ਹੈਗੀ ਆ ਸ਼ਹਿਰ ਜਿੰਨੀ ਆਪਾਂ ਨੂੰ ਨੌਲੇਜ ਆ ਇਸ ਚੈਨਲ ਦੇ ਮਾਧਿਅਮ ਰਾਹੀਂ ਦੱਸ ਦਿਆਂਗੇ ਜੀ। ਜਿਹੜੀ ਜਿਹੜੀ ਨੌਲੇਜ ਸਾਨੂੰ ਮਿਲਦੀ ਆ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਰਹਿੰਦੇ ਹਾਂ ਜੀ। ਅਤੇ ਬਾਕੀ ਸ਼ੌਂਕ ਜਿਹੜਾ ਹੈਗਾ ਬਾਈ ਜੀ ਕਿੱਦਾਂ ਦਾ ਲੱਗਾ ਜ਼ਰੂਰ ਦੱਸਣਾ ਜੀ, ਅਤੇ ਨਵੀਂ ਵੀਡੀਓ ਜਿਹੜੀ ਹੈਗੀ ਆ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ। ਨਵੀਂ ਵੀਡੀਓ ਆਉਣ ਤੱਕ ਲਈ ਇੰਤਜ਼ਾਰ ਕਰੋ। ਤਦ ਤੱਕ ਲਈ ਧੰਨਵਾਦ, ਸ਼ੁਕਰੀਆ, ਮਿਹਰਬਾਨੀ ਜੀ।